ਮਨਪ੍ਰੀਤ ਜੀ, ਕਿਸੇ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਮਹਿੰਦਰ ਸਿੰਘ ਕੇਪੀ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਦੇਖੋ, ਅਗਰ ਤੁਸੀਂ ਮਹਿੰਦਰ ਸਿੰਘ ਕੇਪੀ ਦੀ ਰਾਜਨੀਤੀ ਦੇਖੋ ਤੇ ਲਗਭਗ ਕਈ ਵਰੇ 15 ਤੇ 35 ਤੇ 40 ਸਾਲ ਦੀ ਹੋ ਗਈ, 60 ਵਰਿਆਂ ਦੇ ਨੇ ਖੁਦ ਇਹ। ਇਹਨਾਂ ਦੇ ਪਿਤਾ ਹੁੰਦੇ ਸੀ ਦਰਸ਼ਨ ਸਿੰਘ ਕੇਪੀ, ਉਹਨਾਂ ਨੂੰ ਟੈਰਰਿਸਟ ਨੇ ਮਾਰਤਾ ਸੀ। ਉਸ ਤੋਂ ਬਾਅਦ ਇਹ ਰਾਜਨੀਤੀ ਚ ਆਏ ਔਰ ਆ ਕੇ 1985 ਦੇ ਵਿੱਚ, ਫਿਰ 1992 ਦੇ ਵਿੱਚ ਤੇ ਫਿਰ ਸੰਨ 2002 ਦੇ ਵਿੱਚ ਵੀ ਜਿੱਤੇ ਇਹ। ਬਾਅਦ ਦੇ ਵਿੱਚ ਇੱਕ ਦੋ ਵਾਰੀ ਹਾਰੇ ਵੀ ਹੈ, ਫਿਰ ਜਲੰਧਰ ਦੇ MP ਵੀ ਬਣੇ ਔਰ ਆਪਣੇ ਆਪ ਨੂੰ ਇਹ ਪਿਛੜੀਆਂ ਸ਼੍ਰੇਣੀਆਂ ਦੇ ਪਿਛੜੇ ਵਰਗ ਦਾ ਨੇਤਾ ਵੀ ਦੱਸਦੇ ਆ, ਜਿਸ ਤਰ੍ਹਾਂ ਕਿ ਦਲਿਤ ਭਾਈਚਾਰੇ ਦਾ ਨੇਤਾ ਦੱਸਦੇ ਆ। ਇਹਨਾਂ ਨੂੰ ਮੌਕਾ ਇਹ ਵੀ ਮਿਲਿਆ ਸੀ ਬਾਸੂ ਜੀ ਕਿ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਬਣਦੇ ਆ। ਹਾਲਾਂਕਿ ਜਦੋਂ ਇਹ ਪ੍ਰਧਾਨ ਬਣੇ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ, ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਸੀ ਜਾਣਾ। ਇੱਕ ਵਕਤ ਤਾਂ ਇਹ ਆ ਗਿਆ ਸੀ ਕਿ ਇਹ ਰਿਜ਼ਾਈਨ ਕਰਨਾ ਸੀ, ਖੈਰ ਤੁਰੇ ਆਉਂਦੇ ਨੇ, ਲੇਕਿਨ ਹੌਲੀ ਹੌਲੀ ਇਹ ਆਪਣੀ ਰਾਜਨੀਤੀ ਨੂੰ ਅੱਗੇ ਨਹੀਂ ਲੈ ਕੇ ਜਾ ਸਕੇ, ਲਗਭਗ ਹਾਸ਼ੀਏ ਤੇ ਪਹੁੰਚ ਗਏ ਸੀ। ਸੰਨ 2022 ਦੇ ਵਿੱਚ ਤਾਂ ਇਹਨਾਂ ਦੇ ਨਾਲ ਇਸ ਤਰ੍ਹਾਂ ਹੋਇਆ ਸੀ ਕਿ ਇਹ ਰਿਟਰਨਿੰਗ ਆਫਿਸ ਦੇ ਜਿਹੜੇ ਆਫਿਸਰ ਨੇ RO, ਉਹਨਾਂ ਦੇ ਆਫਿਸ ਦੇ ਅੰਦਰ ਦਾਖਲ ਹੋ ਗਏ ਸੀ। ਆਦਮਪੁਰ ਦੀ ਗੱਲ ਆ, ਆਦਮਪੁਰ ਸੀਟ ਤੋਂ ਇਹਨਾਂ ਨੇ ਚੋਣ ਲੜਨੀ ਸੀ, ਅਚਾਨਕ ਮੌਕੇ ਤੇ ਉੱਥੇ ਆ ਗਏ ਜਦੋਂ ਇਹ ਕਾਗਜ਼ ਭਰਨੀ ਲੱਗੇ ਸੀ ਸੁਖਵਿੰਦਰ ਸਿੰਘ ਕੋਟਲੀ। ਉਹਨਾਂ ਨੇ ਚਿੱਠੀ ਦਿਖਾਤੀ, ਕਹਿੰਦੇ ਚਿੱਠੀ ਤਾਂ ਅਸਲੀ ਮੇਰੇ ਕੋਲ ਹੈ, ਤੇ ਫਿਰ ਇਹਨਾਂ ਨੂੰ ਪਿੱਛੇ ਹਟਣਾ ਪਿਆ ਸੀ। ਕਾਫੀ ਉਸ ਚੀਜ਼ ਨਾਲ ਇਹਨਾਂ ਨੂੰ ਐਮਬੈਰਸਮੈਂਟ ਹੋਈ ਸੀ, ਹਿਮੀਲੇਸ਼ਨ ਹੋਈ ਸੀ। ਉਸ ਤੋਂ ਬਾਅਦ ਖੈਰ ਰਾਜਨੀਤੀ ਚੱਲਦੀ ਹੈ, ਇਹਨਾਂ ਨੂੰ ਟਿਕਟ ਮਿਲਣੀ ਬੰਦ ਹੋ ਗਈ, ਹਾਸ਼ੀਏ ਤੇ ਚਲੇ ਗਏ। ਕਦੇ ਇਹ ਆਪਣੇ ਆਪ ਨੂੰ ਜਿਸ ਪਿਛੜੇ ਵਰਗ ਦਾ ਇਹ ਕਹਿੰਦੇ ਸੀ ਕਿ ਮੈਂ ਲੀਡਰ ਹਾਂ, ਉਹ ਕਦੇ ਬਣ ਨਹੀਂ ਸਕੇ। ਹੁਣ ਸ਼੍ਰੋਮਣੀ ਅਕਾਲੀ ਦਲ ਕੋਲੇ ਆਲਰੇਡੀ ਇੱਕ ਤਰ੍ਹਾਂ ਦਾ ਆਪਾਂ ਨੂੰ ਪਤਾ ਸੋਕਾ ਪਿਆ ਹੋਇਆ, ਲੀਡਰਸ ਆਪਣੇ ਉਹਨਾਂ ਕੋਲ ਹੈ ਨਹੀਂ ਤੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਲੀਡਰ ਛੱਡ ਛੱਡ ਕੇ ਜਾਈ ਜਾ ਰਹੇ ਆ। ਇਸ ਵਕਤ ਉਹਨਾਂ ਨੇ ਮਹਿੰਦਰ ਸਿੰਘ KP ਜਿਹੜੇ ਲਗਭਗ ਘਰੇ ਬੈਠੇ ਸੀ, ਕੋਈ ਜ਼ਿਆਦਾ ਗਤੀਵਿਧੀਆਂ ਦੇ ਵਿੱਚ ਭਾਗ ਨਹੀਂ ਸੀ ਲੈ ਰਹੇ, ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਤੇ ਇਹ ਜਲੰਧਰ ਦੇ ਕੈਂਡੀਡੇਟ ਹੋਣਗੇ ਔਰ ਜਾ ਕੇ ਪਵਨ ਕੁਮਾਰ ਟੀਨੂ ਤੇ ਜਿਹੜੇ ਚਰਨਜੀਤ ਸਿੰਘ ਚੰਨੀ ਆ ਜਾਂ ਹੋਰ ਉੱਥੇ ਜਿੰਨੇ ਵੀ ਰਿੰਕੂ ਆ, ਜਿਸ ਤਰ੍ਹਾਂ ਸੁਸ਼ੀਲ ਰਿੰਕੂ ਆ ਜਾਂ ਹੋਰ ਉੱਥੇ ਜਿੰਨੇ ਉਮੀਦਵਾਰ ਖੜੇ ਆ, ਉਹਨਾਂ ਦੇ ਨਾਲ ਇਹ ਲੜਨਗੇ ਜੀ। ਦੇਖਦੇ ਆ ਕਿ ਇਹ ਦਾਅ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿੰਨਾ ਕੁ ਸਹੀ ਇਹਨਾਂ ਲਈ ਸਾਬਤ ਹੁੰਦਾ ਜੀ। ਵਾਸੂ ਜੀ ਤੇ ਮਨਪ੍ਰੀਤ ਜੀ, ਆਮ ਆਦਮੀ ਪਾਰਟੀ ਦੇ ਯਾਮਨੀ ਗੋਮਰ ਉਹ ਕਾਂਗਰਸ ਵਿੱਚ ਚਲੇ ਗਏ ਨੇ। ਦਰਅਸਲ ਤੁਸੀਂ ਦੇਖੋ ਵਾਸੂ ਜੀ, ਅੱਜ ਕੱਲ੍ਹ ਉਹ ਬਰਸਾਤੀ ਡੱਡੂਆਂ ਦਾ, ਫਸਲੀ ਬਟੇਰਿਆਂ ਦਾ ਉਹ ਮੌਸਮ ਚੱਲ ਰਿਹਾ ਔਰ ਚੋਣਾਂ ਵੀ ਆ ਤੇ ਮੌਸਮ ਉਹ ਆ ਕਿ ਕਿਸੇ ਵਕਤ ਅਸੀਂ ਸੁਣਦੇ ਹੁੰਦੇ ਸੀ ਕੋਈ ਇੱਧਰ ਉੱਧਰ ਚਲਾ ਗਿਆ, ਹੁਣ ਤਾਂ ਰੋਜ਼ ਹੀ ਸੁਣਦੇ ਆ ਔਰ ਕਿਸੇ ਦਾ ਕਿਸੇ ਪਾਰਟੀ ਦੇ ਵਿੱਚ ਭਰੋਸਾ ਨਹੀਂ ਰਹਿ ਗਿਆ। ਇਸ ਤਰ੍ਹਾਂ ਲੱਗਦਾ ਕਿ ਸਵੇਰੇ ਕਿਤੇ ਆ, ਦੁਪਹਿਰੇ ਕਿਤੇ ਆ, ਸ਼ਾਮ ਨੂੰ ਕਿਤੇ ਆ। ਇਸੇ ਤਰ੍ਹਾਂ ਤੁਸੀਂ ਹੁਣ ਦੇਖੋ, ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਕਾਂਗਰਸ ਨੇ ਕੱਲ੍ਹ 2 ਸੀਟਾਂ ਐਲਾਨ ਕਰਤੀਆਂ ਔਰ ਉਸ ਦੇ ਵਿੱਚੋਂ ਇੱਕ ਹੈ ਅਮਰਜੀਤ ਕੌਰ ਸਾਹੂ ਜੀ। ਇਹ ਮੋਗੇ ਤੋਂ ਉੱਥੋਂ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਸੀ। ਸੰਨ 2017 ਦੇ ਵਿੱਚ ਇਹਨੇ ਚੋਣ ਲੜੀ ਸੀ ਅਸੈਂਬਲੀ ਦੀ, ਹਾਲਾਂਕਿ ਉਦੋਂ ਇਹ ਸ਼੍ਰੋਮਣੀ ਅਕਾਲੀ ਦਲ ਸੀ ਪਰ ਇਹ ਹਾਰ ਗਈ ਸੀ, ਜਗਰਾਉਂ ਤੋਂ ਲੜੀ ਸੀ। ਲੇਕਿਨ ਹੁਣ ਮੁਹੰਮਦ ਸਦੀਕ ਦੀ ਉੱਥੋਂ ਟਿਕਟ ਕੱਟ ਕੇ ਲੋਕ ਸਭਾ ਦੀ ਇਸ ਅਮਰਜੀਤ ਕੌਰ ਸਾਹੂਕੇ ਨੂੰ ਲੈ ਕੇ ਆਉਂਦਾ। ਹਾਲਾਂਕਿ ਇਹਨਾਂ ਦਾ ਪੁਰਾਣਾ ਐਕਸਪੀਰੀਅੰਸ ਸੀਟ ਜਿੱਤਣ ਦਾ ਕੋਈ ਨਹੀਂ ਹੈ, ਪਰ ਇਹਨਾਂ ਨੂੰ ਇੱਥੋਂ ਕੈਂਡੀਡੇਟ ਬਣਾ ਦਿੱਤਾ ਗਿਆ। ਬਹੁਤ ਜ਼ਿਆਦਾ ਲੋਕਾਂ ਨੇ ਇਹਨਾਂ ਬਾਰੇ ਸੁਣਿਆ ਜੀ। ਹੁਣ ਆ ਜਾਂਦੇ ਆ ਯਾਮਨੀ ਗੁਮਰ ਤੇ, ਬੜੇ ਪੜ੍ਹੇ ਲਿਖੇ ਨੇ ਔਰ ਇਸੇ ਕਰਕੇ ਤੁਸੀਂ ਦੇਖੋ ਸੰਨ 2014 ਦੇ ਵਿੱਚ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਸੀ ਔਰ ਉਸ ਵਕਤ ਜਦੋਂ ਨਰਿੰਦਰ ਮੋਦੀ ਦੀ ਹਨੇਰੀ ਚੱਲ ਰਹੀ ਸੀ, ਹਵਾ ਚੱਲ ਰਹੀ ਸੀ, ਫਿਰ ਵੀ ਪੰਜਾਬ ਦੇ ਵਿੱਚੋਂ 4 MP ਜਿੱਤ ਗਏ ਸੀ ਔਰ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹੋਰ ਲੋਕ ਸਭਾ ਦੇ ਉਮੀਦਵਾਰ ਸੀ ਜਿਨ੍ਹਾਂ ਚੋਂ ਯਾਮਨੀ ਗੋਮਰ ਵੀ ਇੱਕ ਸੀ, ਇਹਨਾਂ ਨੂੰ ਬਹੁਤ ਵੋਟਾਂ ਪਈਆਂ, 2,13,000 ਵੋਟਾਂ ਉਦੋਂ ਲੈ ਗਏ ਸੀ। ਸੋ ਕਾਫੀ ਵੱਡਾ, ਹਾਲਾਂਕਿ ਰਹੇ ਇਹ ਤੀਸਰੇ ਸਥਾਨ ਤੇ ਸੀ।
ਇਸ ਨੂੰ ਦੇਖਦੇ ਹੋਏ ਇਹਨਾਂ ਨੇ ਸੰਨ 2016 ਦੇ ਵਿੱਚ, ਮੈਂ ਇਹ ਵੀ ਦੱਸਦਾ ਵਾਸਤੂ ਜੀ ਕਿ ਇਹਨਾਂ ਨੇ ਪਾਰਟੀ ਛੱਡਤੀ ਸੀ ਆਮ ਆਦਮੀ ਪਾਰਟੀ, ਇਹ ਕਹਿ ਕੇ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਨੇ ਘਰੇ ਬਹਿ ਗਏ ਸੀ, ਲਗਭਗ ਇਹ ਰਾਜਨੀਤੀ ਤੋਂ ਦੂਰ ਹੋ ਗਏ ਸੀ। ਪਰ ਜਿਵੇਂ ਕਿ ਆਪਾਂ ਅਕਸਰ ਕਹਿੰਦੇ ਹਾਂ ਕਿ ਕਿਸੇ ਵੀ ਰਾਜਨੇਤਾ ਨੂੰ, ਕਿਸੇ ਵੀ ਸਿਆਸਤਦਾਨ ਨੂੰ, ਕਿਸੇ ਵੀ ਪੋਲੀਟੀਸ਼ੀਅਨ ਨੂੰ ਕਦੇ ਵੀ ਮਰਿਆ ਹੋਇਆ ਨਾ ਸਮਝੋ, ਉਹਨੇ ਕਦੋਂ ਜਿਉਂਦਾ ਹੋ ਜਾਣਾ ਪਤਾ ਹੀ ਨਹੀਂ ਲੱਗਦਾ। ਇਸੇ ਤਰ੍ਹਾਂ ਕਾਂਗਰਸ ਨੇ ਇਹਨਾਂ ਨੂੰ ਘਰੇ ਬੈਠੇ ਨੂੰ ਲੈ ਆਂਦਾ ਤੇ ਹੁਣ ਇਹਨਾਂ ਨੂੰ ਹੁਸ਼ਿਆਰਪੁਰ ਸੀਟ ਤੋਂ ਲੜਨ ਲਈ ਕਿਹਾ। ਦੇਖਦੇ ਹਾਂ ਕਿ ਇਹ ਇਹਨਾਂ ਦਾ ਦਾਅ ਕਿੰਨਾ ਠੀਕ ਬੈਠਦਾ। ਪਰ ਇਹ ਦੋ ਟਿਕਟਾਂ ਅਨਾਊਂਸ ਕਰਕੇ, ਹੁਣ 6 ਟਿਕਟਾਂ ਪਹਿਲਾਂ ਅਨਾਊਂਸ ਕੀਤੀਆਂ ਸੀ ਕਾਂਗਰਸ ਨੇ, 8 ਟਿਕਟਾਂ ਦਾ ਐਲਾਨ ਕਰਤਾ, 5 ਟਿਕਟ ਇਹਨਾਂ ਦੀਆਂ ਰਹਿੰਦੀਆਂ ਨੇ, ਉਹ ਕਦੋਂ ਕਰਦੇ ਨੇ ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਇਹ ਤੁਸੀਂ ਸਾਰਾ ਮੰਜ਼ਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੋਜ਼ ਇੱਕ ਦੂਸਰੇ ਦੀ ਪਾਰਟੀ ਦੇ ਵਿੱਚ ਲੋਕ ਜਾਈ ਜਾ ਰਹੇ ਨੇ। ਜੀ ਵਸੂ ਜੀ, ਮਨਪ੍ਰੀਤ ਜੀ, ਇਹਦੇ ਵਾਸਤੇ ਡਾਇਰੀ ਲਾਉਣੀ ਪੈਣੀ ਹੈ ਜੀ, ਕੋਈ ਹੁਣ ਸਾਰਾ ਰਿਕਾਰਡ ਰੱਖਣ ਲਈ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਡਾਇਰੀ ਹੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਲੋਕਾਂ ਨੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਾਇਰੀ ਬਣਾ ਲਈ ਹੈ। ਮੈਂ ਦੇਖ ਰਿਹਾ ਸੀ ਇੱਕ ਨੈਰੇਟਿਵ ਚੱਲ ਰਿਹਾ, ਉਹ ਪਤਾ ਨਹੀਂ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ, ਕਿ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ। ਪਰ ਜਦੋਂ ਸਬਕ ਸਿਖਾਉਣਾ ਹੁੰਦਾ ਤੇ ਫਿਰ ਕਈ ਵਾਰੀ ਭਾਈ ਭਤੀਜਾਵਾਦ ਅੱਗੇ ਆ ਜਾਂਦਾ, ਕਈ ਵਾਰੀ ਖੇਤਰ ਦੀ ਰਾਜਨੀਤੀ ਆ ਜਾਂਦੀ ਹੈ, ਕਈ ਵਾਰੀ ਜਾਤ ਪਾਤ ਆ ਜਾਂਦਾ ਤੇ ਕਈ ਵਾਰੀ ਧਰਮ ਆ ਜਾਂਦਾ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਇਸੇ ਤਰ੍ਹਾਂ ਪੰਜਾਬ ਦੇ ਖੇਤੀਬਾੜੀ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ, ਇਹਨਾਂ ਦਾ ਵਿਰੋਧ ਹੋਣਾ ਜਾਰੀ ਹੈ ਜੀ ਕਿਸਾਨਾਂ ਵੱਲੋਂ। ਦੇਖੋ ਵਿਰੋਧ ਜਾਰੀ ਹੈ, ਪਰ ਬੀਤੇ ਕੱਲ ਇਹਨਾਂ ਨੇ ਕੋਸ਼ਿਸ਼ ਕੀਤੀ, ਇਹ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਲੀਡਰ ਨੇ, ਮਾਫ ਕਰਨਾ ਆਮ ਆਦਮੀ ਪਾਰਟੀ ਦੇ, ਕਿਉਂਕਿ ਖੇਤੀਬਾੜੀ ਮੰਤਰੀ ਹੈ ਪੰਜਾਬ ਤੋਂ, ਇਹ ਪਹਿਲੇ ਲੀਡਰ ਨੇ ਘੱਟੋ ਘੱਟ ਇਹਨਾਂ ਨੇ ਖੜੇ ਹੋ ਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਰੋਜ਼ ਹੀ ਵਿਰੋਧ ਹੋਣਾ। ਇਹਨਾਂ ਦਾ ਮੁੰਡਾ ਵੀ ਪਹਿਲੇ ਦਿਨਾਂ ਦੇ ਵਿੱਚ ਨਿਕਲਿਆ ਸੀ ਪਿਛਲੇ ਦਿਨਾਂ ਦੇ ਵਿੱਚ, ਅਮੀਤ ਸਿੰਘ ਖੁੱਡੀਆਂ, ਉਹਦਾ ਵੀ ਇਸੇ ਤਰ੍ਹਾਂ ਵਿਰੋਧ ਹੋਇਆ ਸੀ। ਹੁਣ ਕਿਸਾਨਾਂ ਨੇ ਇਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰਤੇ, ਕਹਿੰਦੇ ਤੁਸੀਂ ਕੇਂਦਰ ਦਾ ਤਾਂ ਛੱਡੋ, ਕਿਉਂਕਿ ਤੁਸੀਂ ਖੇਤੀਬਾੜੀ ਮੰਤਰੀ ਹੋ, ਸਾਡੇ ਹੱਕਾਂ ਦਾ ਤੁਸੀਂ ਖਿਆਲ ਰੱਖਣਾ, ਸਾਨੂੰ ਇਹ ਤਾਂ ਦੱਸੋ ਕਿ ਜਿਹੜੀ ਤੁਸੀਂ MSP ਤੁਸੀਂ ਡਿਕਲੇਅਰ ਕੀਤੀ ਸੀ ਮੂੰਗੀ ਤੇ, ਉਹ ਤੁਸੀਂ ਕਿਉਂ ਨਹੀਂ ਦੇ ਪਾਏ, ਕਿਉਂ ਸਾਨੂੰ ਟਾਈਮ ਸਿਰ ਮੁਆਵਜ਼ੇ ਨਹੀਂ ਮਿਲਦੇ, ਕਿਉਂ ਜਿਹੜੀ ਕਿਸਾਨ ਆ ਜਿਹਨਾਂ ਤੇ ਕੇਸ ਦਰਜ ਕੀਤੇ ਹੋਏ ਆ ਉਹ ਵਾਪਸ ਨਹੀਂ ਲਏ ਜਾਂਦੇ, ਕਿਉਂ ਤੁਸੀਂ ਹਰਿਆਣੇ ਸਰਕਾਰ ਦੇ ਖਿਲਾਫ ਕਾਰਵਾਈ ਨਹੀਂ ਕਰਦੇ, ਕਿਉਂ ਉੱਥੋਂ ਦੀ ਪੁਲਿਸ ਦੇ ਖਿਲਾਫ 0 FIR ਕਰਦੇ ਹੋ। ਇਹ ਸਾਰੀਆਂ ਗੱਲਾਂ ਗੋਲਮੋਲ ਉਹਨਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹਨਾਂ ਨੇ ਕਿਹਾ ਅਸੀਂ ਜਿੰਨੀ ਦੇਰ ਤੱਕ ਤੁਸੀਂ ਸਪਸ਼ਟ ਜਵਾਬ ਨਹੀਂ ਦਿਓਗੇ ਉਨੀ ਦੇਰ ਤੱਕ ਅਸੀਂ ਤੁਹਾਡਾ ਵਿਰੋਧ ਕਰਦੇ ਰਵਾਂਗੇ। ਆਮ ਆਦਮੀ ਪਾਰਟੀ ਨੂੰ ਵੀ ਪਤਾ ਲੱਗ ਗਿਆ ਕਿ ਜਿਸ ਤਰ੍ਹਾਂ BJP ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ, ਸਾਡਾ ਵੀ ਵਿਰੋਧ ਹੋਊਗਾ, ਕਿਉਂਕਿ ਦੋਨੇ ਪਾਰਟੀਆਂ ਸੱਤਾ ਦੇ ਵਿੱਚ ਨੇ। ਜੀ ਵਾਸੂ ਮਨਪ੍ਰੀਤ ਜੀ, ਹੁਣ ਜਦੋਂ ਇਹ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਹੋ ਸਕਦਾ, ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਭਾਜਪਾ ਦੇ ਖਿਲਾਫ ਖੁੱਲ੍ਹ ਕੇ ਬੋਲੇ ਨੇ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੁਖਬੀਰ ਸਿੰਘ ਬਾਦਲ ਹੋਣ ਜਾਂ ਇਹਨਾਂ ਦੀ 100 ਸਾਲਾਂ ਤੋਂ ਵੀ ਵੱਧ ਦੀ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ 103 ਹੋ ਸਾਲ ਹੋ ਚੁੱਕੇ ਆ ਇਹਨਾਂ ਨੂੰ, ਇਹਨਾਂ ਦੀ ਪਾਰਟੀ ਨੂੰ ਹੋਣ ਚ ਆਇਆ। ਪਰ ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ, ਆਪਾਂ ਨੂੰ ਪਤਾ ਕਿ ਇਹਨਾਂ ਦੀ ਰਾਜਨੀਤੀ ਜਾਂ ਸਿਆਸਤ ਹਾਸ਼ੀਏ ਤੇ ਜਾ ਰਹੀ ਸੀ, ਕਮਜ਼ੋਰ ਪੈ ਰਹੇ ਸੀ। ਔਰ ਇਹਨਾਂ ਦੀ ਰਾਜਨੀਤੀ ਹਮੇਸ਼ਾ ਹੀ ਚਮਕੀ ਆ ਪੰਜਾਬ ਦੇ ਵਿੱਚ, ਜਦੋਂ ਇਹ ਦਿੱਲੀ ਦਾ ਵਿਰੋਧ ਕਰਦੇ ਸੀ ਔਰ ਦਿੱਲੀ ਦੇ ਵਿੱਚ ਅਕਸਰ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ, ਕਾਂਗਰਸ ਦਾ ਇਹਨਾਂ ਨੇ ਡਟ ਕੇ ਵਿਰੋਧ ਕਰਨਾ ਤੇ ਲੋਕਾਂ ਨੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਦਾ ਸਾਥ ਦਿੰਦੇ ਸੀ। ਪਰ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਆਈ ਆ, ਸ਼੍ਰੋਮਣੀ ਅਕਾਲੀ ਦਲ ਨੂੰ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਸਿਆਸਤ ਕੀ ਕਰਨੀ ਆ, ਅਸੀਂ ਆਪਣੀ ਹੀ ਭਾਈਵਾਲ ਪਾਰਟੀ ਇਹਦਾ ਵਿਰੋਧ ਕਿਸ ਤਰ੍ਹਾਂ ਕਰਨਾ। ਵਿਰੋਧ ਕਰਦੇ ਨਹੀਂ ਸੀ, ਡਰਦੇ ਸੀ, ਪਹਿਲੀ ਵਾਰੀ ਬੋਲਿਆ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਨੂੰ ਲੈ ਕੇ, ਔਰ ਸਿੱਧਾ ਅਟੈਕ ਇਹਨਾਂ ਨੇ ਕੀਤਾ, ਜਿਹੜਾ ਫਰੰਟਲ ਅਟੈਕ ਆ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਕੀਤਾ। ਹੁਣ ਤੁਸੀਂ ਦੇਖੋਗੇ ਕਿ ਇਹਨਾਂ ਨੇ ਕਿਹਾ ਕੀ ਆ। ਦਰਅਸਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਾਂਸਵਾੜਾ ਇੱਕ ਜਗ੍ਹਾ ਰਾਜਸਥਾਨ ਦੇ ਵਿੱਚ, ਉੱਥੇ ਇੱਕ ਸਟੇਟਮੈਂਟ ਦਿੱਤੀ ਉਹਨਾਂ ਨੇ, ਕਹਿੰਦੇ ਜੀ ਦੇਖੋ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਨੇ ਯਾਦ ਕੀਤਾ
ਪ੍ਰਾਈਮ ਮਿਨਿਸਟਰ ਸੀ ਸਾਬਕਾ ਸਾਡੇ, ਕਹਿੰਦੇ ਜੀ ਇਹਨਾਂ ਨੇ ਇੱਕ ਸਪੀਚ ਦਿੱਤੀ ਸੀ, ਇੱਕ ਭਾਸ਼ਣ ਦਿੱਤਾ ਸੀ, ਉਹਦੇ ਵਿੱਚ ਇਹ ਕਿਹਾ ਸੀ ਕਿ ਦੇਸ਼ ਦੇ ਜਿਹੜੇ ਖਣਿਜ ਪਦਾਰਥ ਨੇ, ਸਾਡੇ ਰਿਸੋਰਸਿਸ ਨੇ, ਇਹਨਾਂ ਤੇ ਪਹਿਲਾ ਅਧਿਕਾਰ ਮੁਸਲਮਾਨਾਂ ਦਾ। ਇੱਕ ਤਾਂ ਗੱਲ ਉਹਨਾਂ ਨੇ ਇਹ ਕਹਿਤੀ। ਦੂਸਰੀ ਕਹਿੰਦੇ ਦੇਖੋ ਜੀ ਇਸ ਭਾਈਚਾਰਾ, ਇਹ ਭਾਈਚਾਰਾ ਤਾਂ ਬੱਚੇ ਬਹੁਤ ਪੈਦਾ ਕਰਦਾ। ਤੀਸਰੀ ਗੱਲ ਉਹਨਾਂ ਨੇ ਕਹਿਤੀ, ਕਹਿੰਦੇ ਇਹਨਾਂ ਨੇ ਤੁਹਾਨੂੰ ਜਿਹੜਾ ਕਾਂਗਰਸ ਨੇ ਇਹ ਲੁਟਾ ਦੇਣਾ, ਇਹਨਾਂ ਨੇ ਤੁਹਾਡੀਆਂ ਜਾਇਦਾਦਾਂ ਖੋਹ ਲੈਣੀਆਂ, ਇੱਥੋਂ ਤੱਕ ਸੋਨਾ ਵੀ ਖੋਹ ਲੈਣਾ, ਇੱਥੋਂ ਤੱਕ ਕਿ ਤੁਹਾਡੇ ਮੰਗਲ ਸੂਤਰ ਤੱਕ ਨਹੀਂ ਛੱਡਣੇ। ਇਸ ਤਰ੍ਹਾਂ ਦੀ ਸ਼ਬਦਾਵਲੀ ਵਾਕਿਆ ਸਭ ਨੂੰ ਹੈਰਾਨ ਕਰਤਾ ਕਿ ਇੱਕ ਪ੍ਰਾਈਮ ਮਿਨਿਸਟਰ ਹੋਵੇ, ਇੱਕ ਪ੍ਰਧਾਨ ਮੰਤਰੀ ਹੋਵੇ ਔਰ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰੇ ਔਰ ਉਹ ਵੀ ਇਸ ਤਰ੍ਹਾਂ ਦੇ ਬਿਆਨ ਦੇਵੇ ਕਿ ਜਿਹੜੇ ਬਿਆਨ ਉਹਨਾਂ ਨੇ ਕਦੇ ਦਿੱਤੇ ਨਹੀਂ ਡਾਕਟਰ ਮਨਮੋਹਨ ਸਿੰਘ ਨੇ। ਹਾਲਾਂਕਿ ਕਾਂਗਰਸ ਨੇ ਹੁਣ ਇਹਨਾਂ ਦੀ ਸ਼ਿਕਾਇਤ ਵੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ। ਚਲੋ ਉਹ ਤਾਂ ਇੱਕ ਵੱਖਰਾ ਮਸਲਾ, ਪਰ ਇਸ ਉੱਤੇ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਪ੍ਰਧਾਨ, ਉਹ ਵੀ ਚੁੱਪ ਨਹੀਂ ਰਹਿ ਸਕੇ, ਕਹਿੰਦੇ ਬਹੁਤ ਮੰਦਭਾਗੀ ਗੱਲ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਮਿਨੋਰਿਟੀਜ਼ ਦੇ ਖਿਲਾਫ ਇੰਨਾ ਬੋਲੇ। ਔਰ ਵਾਸੂ ਜੀ ਇਹ ਸਿੱਧੀ ਵਾਇਲੇਸ਼ਨ ਆ, ਜਿਹੜਾ ਸਾਡਾ ਇੱਕ ਮਰਿਆਦਾ ਦਾ ਕੋਡ ਆਫ ਕੰਡਕਟ ਲੱਗਾ, ਮਾਡਲ ਕੋਡ ਆਫ ਕੰਡਕਟ, ਉਹਦੀ ਵਾਇਲੇਸ਼ਨ ਆ। ਇਸੇ ਕਰਕੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਕਾਇਤ ਵੀ ਹੋਈ ਆ ਤੇ ਹੁਣ ਸੁਖਬੀਰ ਸਿੰਘ ਬਾਦਲ ਵੀ ਖੁੱਲ੍ਹ ਕੇ ਬੋਲੇ ਆ ਕਿ ਇਹ ਬੋਲਣਾ ਇਹਨਾਂ ਦਾ ਲਗਾਤਾਰ ਜਾਰੀ ਰਹੂਗਾ ਜਾਂ ਕੇਵਲ ਇੱਕ ਆਡ ਸਟੇਟਮੈਂਟ ਆ। ਪਰ ਚੰਗੀ ਗੱਲ ਆ ਕਿ ਕੋਈ ਖੇਤਰੀ ਪਾਰਟੀ ਦਾ ਕੋਈ ਪ੍ਰਧਾਨ ਹੋਵੇ, 100 ਸਾਲ ਤੋਂ ਵੀ ਵੱਧ ਦਾ ਹੋਵੇ ਔਰ ਕਿਸੇ ਮਿਨੋਰਿਟੀ ਲਈ ਉਹ ਬੋਲ ਰਿਹਾ ਹੋਵੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕਾਂਗਰਸ ਪਾਰਟੀ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਖਿਲਾਫ ਇਸੇ ਤਰ੍ਹਾਂ ਕੰਪਲੇਂਟ ਕੀਤੀ ਗਈ ਹੈ। ਬਿਲਕੁਲ, ਦੇਖੋ ਅਭਿਸ਼ੇਕ ਮਨੂ ਸਿੰਘਵੀ ਨੇ, ਸੀਨੀਅਰ ਸੁਪਰੀਮ ਕੋਰਟ ਦੇ ਲਾਇਰ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਸ਼ਰੇਆਮ ਤੁਸੀਂ ਇੱਕ ਕਮਿਊਨਿਟੀ ਨੂੰ ਡਰਾ ਰਹੇ ਹੋ, ਉਹਨਾਂ ਨੂੰ ਹਿਮੀਲੇਟ ਕਰ ਰਹੇ ਹੋ, ਕਹਿ ਰਹੇ ਹੋ ਕਿ ਇੰਨੇ ਬੱਚੇ ਪੈਦਾ ਕਰਦੇ ਆ, ਤਮਾਮ ਤਰ੍ਹਾਂ ਦੀਆਂ ਗੱਲਾਂ। ਹੁਣ ਤੁਸੀਂ ਇੱਕ ਦੇਖੋ, ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ। ਸ਼ਿਵ ਸੇਨਾ ਹੈ ਮਹਾਰਾਸ਼ਟਰ ਦੇ ਵਿੱਚ, ਉਧਵ ਠਾਕਰੇ ਦੀ ਪਾਰਟੀ, ਆਪਾਂ ਨੂੰ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਤੋੜਤੀ ਸੀ ਵਾਸੂ ਜੀ ਇਹਨਾਂ ਦੀ। ਜੀ, ਇਹਨਾਂ ਨੇ ਆਪਣਾ ਇੱਕ ਗੀਤ ਲਿਖਿਆ ਚੋਣ ਪ੍ਰਚਾਰ ਲਈ, ਉਹਦੇ ਵਿੱਚ ਜੈ ਭਵਾਨੀ ਕਿਹਾ, ਜੈ ਭਵਾਨੀ ਮਾਤਾ ਦਾ ਨਾਮ ਲਿਆ। ਇਸ ਉੱਤੇ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਨੋਟਿਸ ਦਿੱਤਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਗੱਲ, ਕਾਂਗਰਸ ਨੇ ਕਹੀ ਆ ਕਿ ਰੋਜ਼ ਭਾਰਤੀ ਜਨਤਾ ਪਾਰਟੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਆ, ਰਾਮ ਮੰਦਿਰ ਦੇ ਨਾਂ ਤੇ ਵੋਟਾਂ ਮੰਗਦੀ ਆ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੋਟਿਸ? ਜੇ ਜੈ ਭਵਾਨੀ ਇਹ ਕਹਿ ਦਿੰਦੀ ਆ, ਸ਼ਿਵ ਸੇਨਾ ਜਾਂ ਉਧਮ ਠਾਕਰੇ ਦਾ ਕੋਈ ਗਾਣਾ ਆ ਜਾਂਦਾ, ਉਹਨਾਂ ਨੂੰ ਨੋਟਿਸ ਆ? ਚੋਣ ਕਮਿਸ਼ਨ ਦਾ ਇਸ ਟਾਈਮ ਜੇ ਤੁਸੀਂ ਦੇਖੋ, ਆਚਾਰ ਦੇਖੋ ਜਾਂ ਇਹਨਾਂ ਦਾ ਕੰਡਕਟ ਦੇਖੋ, ਤਾਂ ਬਿਲਕੁਲ ਇਸ ਤਰ੍ਹਾਂ ਕਿ ਜਿਵੇਂ ਕੋਈ ਚੋਣ ਕਮਿਸ਼ਨ ਹੁੰਦਾ ਹੀ ਨਹੀਂ, ਤੇ ਜੇ ਚੋਣ ਕਮਿਸ਼ਨ ਹੈ ਵੀ ਆ ਤੇ ਏਦਾਂ ਲੱਗਦਾ ਉਹ ਭਾਰਤੀ ਜਨਤਾ ਪਾਰਟੀ ਨੇ ਜੇਬ 'ਚ ਪਾਇਆ ਹੋਇਆ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਉੱਧਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਵੀ ਉਹ ਕਾਫੀ ਦਿਨਾਂ ਤੋਂ ਇਨਸੁਲਿਨ ਦੀ ਮੰਗ ਕਰ ਰਹੇ ਨੇ, ਉਹ ਡਾਇਬਟੀਜ਼ ਦੇ ਪੇਸ਼ੈਂਟ ਨੇ, ਉਹਨਾਂ ਨੂੰ ਇਨਸੁਲਿਨ ਦੀ ਲੋੜ ਹੈ, ਪਰ ਉਹਨਾਂ ਨੂੰ ਜੇਲ੍ਹ ਵਿੱਚ ਇਨਸੁਲਿਨ ਦਿੱਤੀ ਨਹੀਂ ਜਾ ਰਹੀ ਤੇ ਉਹਨਾਂ ਵੱਲੋਂ ਇੱਕ ਰਿਕੁਐਸਟ ਇਹ ਵੀ ਕੀਤੀ ਗਈ ਸੀ ਕਿ ਆਪਣੇ ਪ੍ਰਾਈਵੇਟ ਡਾਕਟਰ ਦੇ ਨਾਲ ਉਹ ਵੀਡੀਓ ਕਾਨਫਰੰਸਿੰਗ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਕੰਸਲਟੇਸ਼ਨ ਕਰਨਾ ਚਾਹੁੰਦੇ ਨੇ, ਉਹਨਾਂ ਦੀ ਉਹ ਰਿਕੁਐਸਟ ਵੀ ਰਿਜੈਕਟ ਕਰਤੀ ਗਈ। ਦੇਖੋ ਪਿਛਲੇ ਦਿਨਾਂ ਦੇ ਵਿੱਚ ਈਡੀ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੋਰਟ ਦੇ ਵਿੱਚ ਕੀ ਕੀ ਗੱਲਾਂ ਕਹੀਆਂ ਕਿ ਇਹ ਤਾਂ ਅੰਬ ਖਾਂਦੇ ਨੇ, ਮਠਿਆਈਆਂ ਖਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਖਾਣੇ ਕਰਕੇ ਆਪਣੀ ਡਾਇਬਟੀਜ਼ ਸ਼ੂਗਰ ਵਧਾ ਕੇ ਤੇ ਇਹ ਜ਼ਮਾਨਤ ਲੈਣਾ ਚਾਹੁੰਦੇ ਨੇ। ਇਸ ਗੱਲ ਨੂੰ ਖਾਰਿਜ ਕੀਤਾ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ ਕਿਹਾ ਕਿ ਮੇਰੀਆਂ ਰਿਕੁਐਸਟ ਦੇਖ ਲਓ, ਮੈਂ ਰੋਜ਼ ਇਹਨਾਂ ਨੂੰ ਇਨਸੁਲਿਨ ਨਹੀਂ ਕਹਿਣਾ ਤਾਂ ਕਿ ਮੇਰੀ ਜਿਹੜੀ ਸ਼ੂਗਰ ਆ ਜਾਂ ਡਾਇਬਟੀਜ਼ ਉਹ ਕੰਟਰੋਲ ਦੇ ਵਿੱਚ ਰਹੇ, ਬੈਲੈਂਸ ਰਹੇ, ਪਰ ਇਹ ਮੈਨੂੰ ਪ੍ਰੋਵਾਈਡ ਹੀ ਨਹੀਂ ਕਰਦੇ। ਹੁਣ ਆਮ ਆਦਮੀ ਪਾਰਟੀ ਦਾ ਖਦਸ਼ਾ ਇਸ ਕਰਕੇ ਵੀ ਆ, ਤੁਸੀਂ ਯਾਦ ਕਰੋ ਸੰਨ 2021 ਦੇ ਵਿੱਚ ਸਟੈਨ ਸਵਾਮੀ, ਉਹ 84 ਵਰ੍ਹਿਆਂ ਦੀ ਸੀ, ਉਹਨਾਂ ਨੂੰ ਫੜ ਲਿਆ ਸੀ ਉਹਨਾਂ ਤੇ ਇਲਜ਼ਾਮ ਲਾ ਕੇ, ਹਾਲਾਂਕਿ ਕੋਈ ਇਲਜ਼ਾਮ ਉਹਨਾਂ ਤੇ ਸਾਬਿਤ ਨਹੀਂ ਹੋਇਆ। ਪਾਰਕਿੰਸਨ ਸੀ ਉਹਨਾਂ ਨੂੰ, ਡਿਜ਼ੀਜ਼ ਸੀ, ਹੱਥ ਕੰਬਦੇ ਸੀ, ਉਹਨਾਂ ਨੇ ਸਿਪਰ ਮੰਗਿਆ, ਸਿਪਰ ਤੱਕ ਜੇਲ੍ਹ 'ਚ ਨਹੀਂ ਸੀ ਦਿੱਤਾ ਗਿਆ, ਇੱਥੋਂ ਤੱਕ ਬੜੀ ਇਹਦੀ ਆਲੋਚਨਾ ਹੋਈ ਸੀ। ਆਖਿਰਕਾਰ ਉਹ 84 ਵਰ੍ਹਿਆਂ ਦੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜੇਲ੍ਹ ਦੇ ਅੰਦਰ ਹੀ, ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿਤੇ ਸਾਡੇ ਲੀਡਰ ਦਾ ਹਸ਼ਰ ਇਹ ਨਾ ਹੋਵੇ
ਕਿ ਜਾਣ ਬੁੱਝ ਕੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਰਹੇ ਹੋ। ਦੇਖਦੇ ਹਾਂ ਕੋਰਟ ਦੇ ਵਿੱਚ, ਵੈਸੇ ਕੋਰਟ ਨੇ ਇੱਕ ਬੋਰਡ ਵੀ ਬਣਾ ਦਿੱਤਾ ਇੱਕ ਮੈਡੀਕਲ, ਕਿ ਇਹਨਾਂ ਦੀ ਜਾਂਚ ਹੋਵੇ, ਉਸ ਤੋਂ ਬਾਅਦ ਪਤਾ ਲੱਗੂਗਾ ਕਿ ਅਸਲੀ ਗੱਲ ਕੌਣ ਕਰ ਰਿਹਾ ਤੇ ਸੱਚਾਈ ਕੀ ਹੈ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਸੂਰਤ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਦੇ ਖਿਲਾਫ ਕੋਈ ਖੜਾ ਹੀ ਨਹੀਂ ਹੋਇਆ ਤੇ ਉਹ ਭਾਜਪਾ ਦਾ ਉਮੀਦਵਾਰ ਅਨਪੋਜ ਜਿੱਤ ਗਿਆ ਜੀ। ਵਾਸੂ ਜੀ, ਬੜੀ ਹੀ ਦਿਲਚਸਪ ਵੀ ਗੱਲ ਆ ਪਰ ਮੰਦਭਾਗੀ ਵੀ ਹੈ। ਚੰਡੀਗੜ੍ਹ ਮਾਡਲ ਆਪਣੇ ਸਾਹਮਣੇ ਆਇਆ ਸੀ ਜਦੋਂ ਮੇਅਰ ਦੀ ਇਲੈਕਸ਼ਨ ਹੋਈ ਸੀ, ਕਿਸ ਤਰ੍ਹਾਂ ਕਾਉਂਸਲਰ ਦੀਆਂ ਵੋਟਸ ਨੂੰ ਰਿਜੈਕਟ ਕਰਕੇ ਤੇ ਫਿਰ ਆਪਣਾ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਦਾ ਮੇਅਰ ਬਣਾ ਲਿਆ। ਉਹ ਤਾਂ ਸ਼ੁਕਰ ਕਰੋ ਕਿ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋਊਗੀ। ਸੁਪਰੀਮ ਕੋਰਟ ਨੇ ਉਸ ਤੋਂ ਬਾਅਦ ਡੰਡਾ ਚਲਾਇਆ, ਫਿਰ ਜਾ ਕੇ ਇਹਨਾਂ ਨੂੰ ਅਕਲ ਆਈ ਔਰ ਇਹਨਾਂ ਦੀ ਬੜੀ ਫਜ਼ੀਅਤ ਹੋਈ ਸੀ ਭਾਰਤੀ ਜਨਤਾ ਪਾਰਟੀ ਦੀ। ਸਾਨੂੰ ਇੱਥੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਗੁਜਰਾਤ ਮਾਡਲ ਵੀ ਵੇਚਿਆ ਗਿਆ ਤੇ ਹੁਣ ਆ ਗਿਆ ਸੂਰਤ ਮਾਡਲ। ਸੂਰਤ ਮਾਡਲ ਕੀ ਹੈ? ਸੂਰਤ ਦੀ ਲੋਕ ਸਭਾ ਦੇ ਵਿੱਚ, ਵੈਸੇ ਮੈਂ ਉੱਥੇ ਦੱਸਦਾ ਕਿ ਉੱਥੇ ਵਪਾਰੀ ਤਬਕਾ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਔਰ ਇਸ ਸਮੇਂ ਦੇ ਵਿੱਚ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਹਾਲਤ ਥੋੜੀ ਜਿਹੀ ਖਰਾਬ ਲੱਗਦੀ ਸੀ, ਪਤਲੀ ਲੱਗ ਰਹੀ ਸੀ। ਹੁਣ ਇਹਨਾਂ ਨੇ ਕੀਤਾ ਕਿ ਉੱਥੇ ਇਹਨਾਂ ਦਾ ਕੈਂਡੀਡੇਟ ਆ, ਉਹਦਾ ਨਾਂ ਹੈ ਮੁਕੇਸ਼ ਦਲਾਲ, ਉਹ ਉੱਥੋਂ ਖੜਾ ਸੀ ਭਾਰਤੀ ਜਨਤਾ ਪਾਰਟੀ ਦਾ। ਤੇ ਇਸੇ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਥੇ ਸਾਂਝਾ ਕੈਂਡੀਡੇਟ ਖੜਾ ਸੀ ਜਿਹਦਾ ਨਾਂ ਸੀ ਨਿਲੇਸ਼ ਅੰਬਾਨੀ। ਹੁਣ ਨਿਲੇਸ਼ ਅੰਬਾਨੀ ਨੇ ਜਦੋਂ ਇਹ ਪਰਚਾ ਭਰਿਆ ਸੀ ਤੇ ਤੁਹਾਡੇ ਨਾਲ ਤਿੰਨ ਚਸ਼ਮਦੀਦ ਤੁਹਾਡੇ ਗਵਾਹ ਹੁੰਦੇ ਆ, ਉਹਨਾਂ ਗਵਾਹਾਂ ਨੇ ਮੁੱਕਰ ਗਏ ਹੋ ਜਾ ਕੇ ਰਿਟਰਨਿੰਗ ਆਫਿਸ ਦੇ ਵਿੱਚ ਜਾ ਕੇ ਕਹਿੰਦੇ ਸਾਡੇ ਤਾਂ ਇਹ ਸਾਈਨ ਹੀ ਨਹੀਂ ਆ, ਸਾਡੇ ਹਸਤਾਕਸ਼ਰ ਨਹੀਂ ਆ, ਸਾਡੇ ਇਹ ਦਸਤਖਤ ਹੀ ਨਹੀਂ ਆ। ਜਿਸ ਤਰ੍ਹਾਂ ਇਹ ਗੱਲ ਪਤਾ ਲੱਗੀ ਤੇ ਉਹਨਾਂ ਦੇ ਪਰਚੇ ਰਿਜੈਕਟ ਹੋ ਗਏ। ਚਲੋ ਇਹ ਤਾਂ ਗੱਲ ਹੋ ਗਈ, ਟੈਕਨੀਕਲ ਮੰਨ ਸਕਦੇ ਆ। ਇਸ ਤੋਂ ਬਾਅਦ ਉੱਥੇ ਬਹੁਜਨ ਸਮਾਜ ਪਾਰਟੀ ਦਾ ਵੀ ਇੱਕ ਕੈਂਡੀਡੇਟ ਸੀ, ਉਹਨੇ ਪਰਚਾ ਵਿਡਰਾਅ ਕਰ ਲਿਆ। ਇਸ ਤੋਂ ਇਲਾਵਾ 8 ਆਜ਼ਾਦ ਉਮੀਦਵਾਰ ਸੀ ਉਸ ਸੂਰਤ ਲੋਕ ਸਭਾ ਦੇ ਵਿੱਚ, ਉਹਨਾਂ ਨੇ ਵੀ ਆਪਣੇ ਪਰਚੇ ਵਿਡਰਾਅ ਕਰ ਲਏ, ਨੋਮੀਨੇਸ਼ਨ ਵਿਡਰਾਅ ਕਰ ਲਿਆ। ਕਿ ਇਹ ਇੱਕ ਮਹਿਜ਼ ਇਤਫਾਕ ਆ? ਏਦਾਂ ਤਾਂ ਹੋ ਨਹੀਂ ਸਕਦਾ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਸਾਰੇ ਕੈਂਡੀਡੇਟ ਚਲੇ ਜਾਂਦੇ ਨੇ, ਕੇਵਲ ਇਕੱਲਾ ਭਾਜਪਾ ਦਾ ਕੈਂਡੀਡੇਟ ਰਹਿ ਜਾਂਦਾ ਤੇ ਉਹਨੂੰ ਜਿੱਤਿਆ ਹੋਇਆ ਡਿਕਲੇਅਰ ਕਰ ਦਿੱਤਾ ਜਾਂਦਾ। ਇਹ ਆ ਸੂਰਤ ਮਾਡਲ। ਇਸ ਉੱਤੇ ਹੁਣ ਰਿਐਕਟ ਕੀਤਾ ਸਾਰੀਆਂ ਪਾਰਟੀਆਂ ਨੇ, ਕਹਿੰਦੇ ਦਰਅਸਲ ਇਹੀ ਸੂਰਤ ਆ, ਸੂਰਤ ਤੋਂ ਸੂਰਤ ਆਈ ਆ ਇਸ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਵਾਲੀ, ਤੇ ਇਹ ਤਾਨਾਸ਼ਾਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੋਰ ਵੀ ਇਲਾਕਿਆਂ ਦੇ ਵਿੱਚ ਦਿਖੂਗੀ। ਕਿ ਡਰਾ ਕੇ, ਧਮਕਾ ਕੇ, ਲਾਲਚ ਦੇ ਕੇ ਪਰਚੇ ਖਾਰਜ ਕਰਾ ਦਿਓ ਔਰ ਜਨਤਾ ਦਾ ਜਿਹੜਾ ਮੂਲ ਹੱਕ ਆ ਵੋਟ ਦੇਣ ਦਾ, ਉਹਨਾਂ ਨੂੰ ਇਹ ਹੱਕ ਵੀ ਨਾ ਦਿਓ। ਜੀ ਵਾਸੂ ਜੀ, ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਅਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।